ਲੁਧਿਆਣਾ ਜੇਲ੍ਹ ਦੇ ਵਿੱਚ ਸਵੇਰੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੁਲਿਸ ਦੇ ਵੱਲੋਂ ਮੁੜ ਤੋਂ ਕੈਦੀਆਂ ਨੂੰ ਬੈਰਕਾਂ ਦੇ ਵਿੱਚ ਪਾ ਦਿੱਤਾ ਗਿਆ। ਇਸ ਮੌਕੇ ਦੇ ਉੱਤੇ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹਾਲਾਤ ਫਿਲਹਾਲ ਕਾਬੂ ਦੇ ਵਿੱਚ ਨਹੀਂ। ਉਧਰ ਪੁਲਿਸ ਫੋਰਸ ਜੇਲ੍ਹ ਤੋਂ ਬਾਹਰ ਆ ਗਈ ਹੈ ਅਤੇ ਜ਼ਖਮੀ ਪੁਲਿਸ ਮੁਲਾਜ਼ਮਾਂ ਤੇ ਕੈਦੀਆਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ। ਜੇਲ੍ਹ ਸਟਾਫ ਜੋ ਹੈ ਉਸਕੀ ਹੈਲਪ ਕੇ ਸਾਥ ਉਸ ਸਿਚੁਏਸ਼ਨ ਕੋ ਜੋ ਹੈ ਅੰਡਰ ਕੰਟਰੋਲ ਕਰ ਲਿਆ ਗਿਆ ਹੈ ਔਰ ਅਭੀ ਸਾਰੇ ਕੇ ਸਾਰੇ ਜੋ ਕੈਦੀ ਹੈ ਉਨਕੋ ਉਨਕੇ ਬੈਰਿਕਸ ਮੈਂ ਵਾਪਸ ਭੇਜ ਦਿਆ ਗਿਆ ਹੈ। ਆਪ ਉਸਕੇ ਬਾਅਦ ਜੋ ਬਾਕੀ ਅਸੈਸਮੈਂਟ ਹੈ ਡੈਮੇਜ ਵਗੈਰਾ ਹੈ ਉਸਕੀ ਰਿਪੋਰਟ ਜੋ ਹੈ ਵੋ ਆਨੇ ਕੇ ਬਾਅਦ ਦੇਖੀਏ। ਐਸਾ ਹੈ ਕਿ ਤਕਰੀਬਨ ਜੋ ਹਮਾਰੇ ਪਾਸ ਅਭੀ ਇਨਫੋਰਮੇਸ਼ਨ ਹੈ ਤਕਰੀਬਨ 5-1 ਹਮਾਰੇ ਪਾਸ ਕੈਦੀ ਹੈ ਜਿਨਕੇ ਬਾਰੇ ਮੈਂ ਜ਼ਖਮੀ ਹੋਣੇ ਕੀ ਸੂਚਨਾ ਮਿਲੀ ਹੈ ਜਿਨਕੋ ਕਿ ਸਿਵਲ ਹੋਸਪਿਟਲ ਭੇਜ ਦਿਆ ਗਿਆ ਹੈ ਐਂਬੂਲੈਂਸਿਸ ਮੈਂ। ਇਸਕੇ ਇਲਾਵਾ ਇੱਕ ਡਿਸਟ੍ਰਿਕਟ ਜੇਲ੍ਹ ਕੇ ਆਪਣੇ DSP ਸਾਹਿਬ ਔਰ ਕਰੀਬ 4 ਮੁਲਾਜ਼ਮ ਹਮਾਰੇ ਪੰਜਾਬ ਪੁਲਿਸ ਡਿਸਟ੍ਰਿਕਟ ਪੁਲਿਸ ਕੇ ਵੋ ਇੰਜਰਡ ਹੈ ਉਨਕੋ ਵੀ ਇਲਾਜ ਕੇ ਲਿਏ। ਡੈਥ ਕੱਲ ਜਿਸਕੀ ਡੈਥ ਹੋਈ ਥੀ ਉਸਕਾ ਨਾਮ ਅਭੀ ਮੁਝੇ ਨਹੀਂ ਪਤਾ ਹੈ। ਮੁਠਭੇੜ ਮੈਂ ਤਾਂ ਅਭੀ ਫੱਟਣ ਹੋਣੇ ਦੀ ਹਮਾਰੇ ਪਾਸ ਮਤਲਬ ਹਾਂ ਅੰਦਰ ਐਕਚੁਅਲੀ ਜੋ ਮੈਸ ਹੋਤੀ ਹੈ ਹਮਾਰੀ ਖਾਣਾ ਪੀਣਾ ਜਹਾਂ ਪੇ ਬਣਾਇਆ ਜਾਤਾ ਹੈ ਉਸਕੋ ਯੂਜ਼ ਕਰਨੇ ਕੀ ਕੈਦੀਆਂ ਕੀ ਤਰਫ ਸੇ ਕੋਸ਼ਿਸ਼ ਕੀ ਗਈ ਥੀ ਉਸਮੇ ਆਗ ਵਗੈਰਾ ਵੀ ਲਗਾਈ ਗਈ ਥੀ ਤੋ ਤਕਰੀਬਨ ਸਾਰੇ ਕੇ ਸਾਰੇ ਸਿਲੰਡਰ ਜੋ ਹੈ ਵੋ ਰਿਕਵਰ ਕਰ ਲਿਏ ਹੈ। ਸਿਚੁਏਸ਼ਨ ਜੋ ਹੈ ਵੋ ਅੰਦਰ ਸਾਰੀ ਸਥਿਤੀ ਹੋਈ ਕਿਉਂ ਹੈ ਪੈਦਾ ਕਿਉਂ ਹੋਈ ਹੈ ਥੋੜਾ ਸਾ ਆਪ ਬਰੀਫ ਕਰ ਦੋ। ਆਈ ਥਿੰਕ ਮੈਨੇ ਪਹਿਲੇ ਬਤਾਇਆ ਥਾ ਕਿ ਇਹ ਸੁਣਨੇ ਮੈਂ ਆਇਆ ਹੈ ਕਿ ਕੱਲ ਇੱਕ ਕੈਦੀ ਥਾ ਜਿਸਕੋ ਕਿ ਯਹਾਂ ਸੇ ਜੇਲ੍ਹ ਮੈਂ ਬਿਮਾਰ ਹੋਣੇ ਕੇ ਬਾਅਦ ਉਸਕੋ ਸਿਵਲ ਹੋਸਪਿਟਲ ਭੇਜਾ ਗਿਆ ਥਾ ਵਹਾਂ ਸੇ ਉਸਕੋ ਪਟਿਆਲਾ ਹੋਸਪਿਟਲ ਭੇਜਾ ਗਿਆ ਥਾ। ਪਟਿਆਲਾ ਹੋਸਪਿਟਲ ਮੈਂ ਉਸਕੀ ਡੈਥ ਹੋਣੇ ਕੇ ਬਾਅਦ ਯਹਾਂ ਪੇ ਕੁਛ ਅਸੈਂਟੀਮੈਂਟ ਜੋ ਹੈ ਵੋ ਆਈ ਯੇ ਚੀਜ਼ ਹੈ ਪ੍ਰਾਈਮਾ ਫਿਸਾਈ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਰੀਜ਼ਨ ਕਿਆ ਹੈ ਜਬ ਇਸਕੋ ਪ੍ਰੋਪਰਲੀ ਇਨਕੁਆਇਰ ਕੀਆ ਜਾਏਗਾ SDM ਜਾਂ ਮੈਜਿਸਟ੍ਰੇਟ ਇਨਕੁਆਇਰੀ ਜੋ ਵੀ ਗਵਰਨਮੈਂਟ ਆਰਡਰ ਕਰਤੀ ਹੈ ਮੇਰੇ ਆਪਣੀ ਤਰਫ ਸੇ SDM ਸਾਹਿਬ ਕੋ ਯਹਾਂ ਪੇ ਹਮਨੇ ਛੋੜਾ ਹੁਆ ਹੈ ਜੋ ਪੂਰੀ ਸਿਚੁਏਸ਼ਨ ਕੋ ਦੇਖਨੇ ਕਾ ਪੂਰਾ ਐਨਾਲਿਸਿਸ ਕਰਨੇ ਕੇ ਬਾਅਦ ਨਹੀਂ ਅਭੀ ਤੋ ਹਮਾਰੇ ਪਾਸ ਕੇਵਲ ਘਾਇਲ ਕਿਤਨੇ ਭਾਗੇ ਔਰ ਕਿਤਨੇ ਤਕਰੀਬਨ 3100 ਹਮਾਰੇ ਪਾਸ ਯਹਾਂ ਪੇ ਕੈਦੀ ਹੈ ਔਰ ਯੇ ਜ਼ਰੂਰ ਹਮਨੇ ਸੁਨਾ ਹੈ ਕਿਉਂਕਿ ਸੁਣਨੇ ਮੈਂ ਮਿਲਾ ਹੈ ਆਪੀ ਲੋਗੋਂ ਸੇ ਵੀ ਜ਼ਿਆਦਾਤਰ ਸੁਨਾ ਹੈ ਕਿ ਕਈ ਲੋਗੋਂ ਨੇ ਭਾਗਨੇ ਕੀ ਕੋਸ਼ਿਸ਼ ਕੀ ਹੈ ਲੇਕਿਨ ਚੂੰਕਿ ਪਹਿਲਾ ਜੋ ਐਸੇ ਟਾਈਮ ਪੇ ਸਟੈਪ ਹੋਤਾ ਹੈ ਵੋ ਯੇ ਹੋਤਾ ਹੈ ਕਿ ਸਾਰੇ ਕੇ ਸਾਰੇ ਕੈਦੀ ਜੋ ਹੈ ਉਨਕੋ ਬੈਰਿਕਸ ਮੈਂ ਕਿਸੀ ਤਰੀਕੇ ਸੇ ਧਕੇਲਾ ਜਾਏ ਧਕੇਲਨੇ ਕੇ ਬਾਅਦ ਜਬ ਹਮਾਰੇ ਪਾਸ ਬੈਰਿਕਸ ਮੈਂ ਸਾਰੇ ਕੇ ਸਾਰੇ ਕੈਦੀ ਪਹੁੰਚ ਜਾਤੇ ਹੈ ਤੋ ਸਿਚੁਏਸ਼ਨ ਜੋ ਹੈ ਵੋ ਕੰਟਰੋਲ ਮੇਂ ਆ ਜਾਤੀ ਹੈ। ਅਬ ਸਾਰੇ ਕੇ ਸਾਰੇ ਕੈਦੀ ਜੋ ਹੈ ਉਨਕੋ ਉਨਕੇ ਬੈਰਿਕਸ ਮੈਂ ਭੇਜ ਦਿਆ ਗਿਆ ਹੈ ਉਸਕੇ ਬਾਅਦ ਅਬ ਹਮਾਰੀ ਅਸੈਸਮੈਂਟ ਜੋ ਹੈ ਵੋ ਚਾਲੂ ਕਰ ਦਿਆ ਗਿਆ ਹੈ। ਅਸੈਸਮੈਂਟ ਮੈਂ ਯੇ ਰਹਤਾ ਹੈ ਕਿ ਅੰਦਰ ਕੋਈ ਬੰਦਾ ਬਿਮਾਰ ਤੋ ਨਹੀਂ ਹੈ ਅੰਦਰ ਕਿਸੀ ਬੰਦੇ ਕੋ ਚੋਟ ਤੋ ਨਹੀਂ ਲਈ ਹੈ ਅੰਦਰ ਬੰਦੇ ਜੋ ਹੈ ਵੋ ਕਿਤਨੇ ਹੈ ਉਸਕੇ ਬੇਸਿਸ ਪੇ ਕੈਲਕੂਲੇਟ ਸੁਧਾਰ ਲਗਾਤਾਰ ਜੇਲ੍ਹ ਅਥਾਰਿਟੀ ਕੀ ਤਰਫ ਸੇ ਕੁਛ ਯੋਗਾ ਕਲਾਸਿਸ ਮੈਡੀਟੇਸ਼ਨ ਕਲਾਸਿਸ ਪੜ੍ਹਾਈ ਲਿਖਾਈ ਕਾ ਕਾਮ ਈਵਨ ਯਹਾਂ ਪੇ ਤੋ ਇੰਪਲੋਇਮੈਂਟ ਵਗੈਰਾ ਕੇ ਲਈ ਵੀ ਜੋ ਹੈ ਐਫਰਟਸ ਕੀਏ ਜਾ ਰਹੇ ਹੈ ਬਟ ਕਭੀ ਕਭੀ ਇਹ ਚੀਜ਼ੋਂ ਸੇ ਲੋਕ ਸੈਟਿਸਫਾਈ ਹੋ ਪਾਤੇ ਹੈ ਅਬ ਆਪ ਸਮਝ ਸਕਤੇ ਹੈ ਕਿ 3100 ਲੋਕ ਇੱਕ ਜਗ੍ਹਾ ਪੇ ਅਗਰ ਖੜੇ ਹੋ ਆਪਕੇ ਘਰ ਮੇਂ 5 ਲੋਕ ਹੋਤੇ ਹੈ 6 ਲੋਕ ਹੋਤੇ ਹੈ ਆਪਸ ਮੇਂ ਕੁਛ ਨਾ ਕੁਛ ਕਭੀ ਨਾ ਕਭੀ ਕੁਛ ਨਾ ਕੁਛ ਹੋਤਾ ਰਹਤਾ ਹੈ 3100 ਲੋਕ ਅਗਰ ਇੱਕ ਜਗ੍ਹਾ ਪੇ ਖੜੇ ਹੋਗੇ
देयर इज अ पॉसिबिलिटी कि कभी आपस में इनके बीच में कोई आपस में लड़ाई हो जाए, झगड़ा हो जाए। एसीपी लेवल के भी जख्मी हुए हैं अंदर से। एक डीएसपी है हमारे जेल वाले, जिनको डीएसपी को एसीपी रैंक कहते हैं, उनको जख्मी होने की। सर किसे कहते थे, गोली भी लगी है ना? नहीं, गोली का एक्चुअली वो थे हमारे क्या कहते हैं सुपरेंट जेल की तरफ से जो वो होता है हवाई फायर वगैरह इन्होंने ज्यादातर किए। वो जब काउंट होते हैं फायर उसके बाद बताया जाएगा। दूजे पासे प्रशासन का कहना है कि बीती रात बीमारी के कारण एक कैदी की मौत हो गई सी, जिसके कारण जेल के विच उसके बाकी साथी भड़क गए और हंगामा शुरू हो गया। इस दौरान कई पुलिस मुलाजम और कई कैदी भी जख्मी हुए ने। तुहानू दस दिए कि जेल के अंदर लगभग 3500 तो ज़्यादा कैदी बंद सी। दूजे पासे इस मामले के उत्ते कई वीडियोज़ वायरल हो रही ने, जिस विच दस्या जा रहा है कि जेल के अंदर बंद कैदियों के उत्ते पुलिस के वलों वधीकी की जा रही है। फिलहाल पूरा मामला की है ये तो जांच का विषय है और वड्डा सवाल भी है, आखिरकार अजिहे हालात क्यों पैदा हो गए जिस कारण एडा वड्डा घटनाक्रम वापर गया। जेल प्रशासन के उत्ते भी वड्डे सवाल खड़े हो रहे हैं। लुधियाणा तो जसवीर जस्सी की रिपोर्ट, पैरेदार टीवी। जेकर हाले तक तुसी साडा चैनल सबसक्राइब नहीं किया तो सबसक्राइब के बटन से दबा के साडा चैनल सबसक्राइब कर लो और बैल का आइकन भी दबा दो ताकि हर खबर तुहाडे तक सब तो पहला पहुंचे।